ਦੇਖੋ ਜੀ, ਫਿਲਮ ਦਾ ਨਾਂ ਹੈ ਲਾਵਾਂ ਫੇਰੇ, ਅਤੇ ਜਿਵੇਂ ਨਾਮ ਤੋਂ ਪਤਾ ਲੱਗ ਜਾਂਦਾ ਲਾਵਾਂ ਫੇਰੇ ਦਾ ਮਤਲਬ ਇਹ ਹੈ ਕਿ ਵਿਆਹ ਵਾਲੀ ਫਿਲਮ ਹੈ, ਅਤੇ ਵਿਆਹ ਕਿਹਦਾ, ਸਾਡਾ ਦੋਨਾਂ ਦਾ ਵਿਆਹ, ਜਿਹਦੇ ਵਿੱਚ ਬਹੁਤ ਸਾਰੀਆਂ ਅੜਚਣਾਂ ਨੇ। ਸਭ ਤੋਂ ਵੱਡੀ ਅੜਚਣ ਹੈਗੀ ਆ ਤਿੰਨ ਜੀਜੇ, ਅਤੇ ਉਸ ਤੋਂ ਬਾਅਦ ਇੱਕ ਹੋਰ ਅੜਚਣ ਜੋ ਇਹਨਾਂ ਦੇ ਫਾਦਰ ਸਾਹਿਬ ਦਾ ਕਰੈਕਟਰ ਕਰ ਰਹੇ ਨੇ, ਬੀ ਐਨ ਸ਼ਰਮਾ। ਸੋ ਬਹੁਤ ਇੱਕ ਤਰੀਕੇ ਨਾਲ ਤੁਸੀਂ ਕਹਿ ਲਓ ਫੈਮਿਲੀ ਫਿਲਮ ਹੈ, ਕੋਮੇਡੀ ਫਿਲਮ ਹੈ, ਔਰ ਲੋਕ ਬਹੁਤ ਸਾਰਾ ਇੰਜੋਏ ਕਰਨਗੇ। ਜੋ ਜੋ ਤੁਹਾਡੇ ਵਿਆਹਾਂ ਦੇ ਵਿੱਚ ਹੁੰਦਾ ਉਹ ਸਾਰਾ ਕੁਛ ਇਸ ਫਿਲਮ ਦੇ ਵਿੱਚ ਦੇਖਣ ਨੂੰ ਤੁਹਾਨੂੰ ਮਿਲੂਗਾ। ਉਹ ਪ੍ਰਾਹੁਣੇ ਦੀ ਸਲਾਹ ਤੋਂ ਮੈਨੂੰ ਤਾਂ ਕੋਈ ਸਾਗ ਨਹੀਂ ਧਰਦਾ, ਤੁਸੀਂ ਮੁੰਡੇ ਦਾ ਵਿਆਹ ਹੀ ਧਰਦਾ। ਸੋ ਜੀ, ਜ਼ਰੂਰ ਦੇਖਣ ਆਉਣਾ 16 ਤਰੀਕ ਨੂੰ ਸਾਡੀ ਬਹੁਤ ਹੀ ਪਿਆਰੀ ਮੂਵੀ ਲਾਵਾਂ ਫੇਰੇ, ਜਿਹੜੀ ਕਿ ਪਰਿਵਾਰਕ ਰਿਸ਼ਤਿਆਂ ਨੂੰ ਬਿਆਨਦੀ ਹੈ, ਔਰ ਇਹਨਾਂ ਦਾ ਦਿਲ ਹੀ ਪੁੱਛਿਆ ਜਾਣ ਦਾ ਵੀ ਕਿੱਦਾਂ ਦੀ ਮੂਵੀ ਹੈ ਜਾਂ ਕਿੱਦਾਂ ਦਾ ਇਹਨਾਂ ਦਾ ਹਾਲ ਕੀਤਾ ਅਸੀਂ ਮੂਵੀ ਦੇ ਵਿੱਚ, ਔਰ 16 ਤਰੀਕ ਨੂੰ ਜ਼ਰੂਰ ਦੇਖਣ ਜਾਣਾ ਵੀ ਹੁੰਦੇ ਆ ਕਿ ਨਹੀਂ ਲਾਵਾਂ ਫੇਰੇ। ਥੈਂਕ ਯੂ।